ਕਿਸਾਨ ਜਿਸ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਨੇ ਇੱਕ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਗਿੱਦੜਵਾ ਤੋਂ 3.5 ਲੱਖ ਰੁਪਏ ਦਾ ਟਰੈਕਟਰ ਲੈਣ ਵਾਸਤੇ ਕਰਜ਼ਾ ਲਿਆ ਸੀ ਜੋ ਕਿ ਹੁਣ ਬੈਂਕ ਨੇ ਵਿਆਜ ਲਗਾ ਕੇ 8,60,139 ਰੁਪਏ ਬਣਾ ਲਿਆ ਹੈ ਜਿਸ ਦੇ ਬਦਲੇ ਬੈਂਕ ਜ਼ਮੀਨ ਦੀ ਬੋਲੀ ਲਗਾਉਣ ਜਾ ਰਿਹਾ ਸੀ ਪਰ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਜਿਸ ਦੌਰਾਨ ਅਧਿਕਾਰੀ ਜ਼ਮੀਨ ਦੀ ਬੋਲੀ ਕਰਵਾਉਣ ਨਹੀਂ ਆਏ ਉਹਨਾਂ ਕਿਹਾ ਕਿ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਜ਼ਮੀਨਾਂ ਦੀ ਬੋਲੀ ਨਹੀਂ ਕਰਵਾਈ ਜਾਵੇਗੀ ਉਹਨਾਂ ਮੰਗ ਕੀਤੀ ਕਿ ਕੈਪਟਨ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਦੇ ਸਾਰੇ ਕਰਜ਼ਿਆਂ ਤੇ ਲਕੀਰ ਮਾਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਭਵਿੱਖ ਵਿੱਚ ਕਿਸਾਨ ਯੂਨੀਅਨ ਕਿਸੇ ਕਿਸਾਨ ਦੀ ਜ਼ਮੀਨ ਦੀ ਬੋਲੀ ਨਹੀਂ ਕਰਵਾਉਣ ਦੇਵੇਗਾ ਨਾ ਹੀ ਕਿਸਾਨਾਂ ਦੀ ਕਿਸੇ ਜ਼ਮੀਨ ਤੇ ਕਬਜ਼ਾ ਹੋਣ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਬੈਂਕ ਵੱਲੋਂ ਕਿਸਾਨਾਂ ਤੋਂ ਲਏ ਗਏ ਖਾਲੀ ਚੈੱਕ ਤੇ ਅਦਾਲਤੀ ਕੇਸ ਤੁਰੰਤ ਵਾਪਸ ਲਿੱਤੇ ਜਾਣ ਕਿਸਾਨਾਂ ਦੇ ਸਮੁੱਚੇ ਕਰਜ਼ਿਆਂ ਤੇ ਲਕੀਰ ਮਾਰੀ ਜਾਵੇ ਮਜ਼ਦੂਰ ਕਿਸਾਨ ਪੱਖੀ ਕਰਜ਼ਾ ਕਾਨੂੰਨੀ ਬਣਾਈ ਜਾਵੇ ਤਾਂ ਜੋ ਖੁਦਕੁਸ਼ੀਆਂ ਦੇ ਮਾਮਲੇ ਨੂੰ ਰੋਕਿਆ ਜਾ ਸਕੇ ਅਸੀਂ ਜੋ ਸੋਸਾਇਟੀਆਂ ਦੇ ਵਿੱਚ ਸਹਿਕਾਰੀ ਬੈਂਕਾਂ ਦੇ ਵਿੱਚ ਰੱਖੀ ਹੋਈ ਹੈ ਇਹ ਇਕੱਲੇ ਕਿਸਾਨ ਦੀ ਨਹੀਂ ਗੱਲ ਹੈ ਇੱਥੇ ਜਿਹੜਾ ਗਿੱਦੜਵਾ ਖੇਤੀਬਾੜੀ ਵਿਕਾਸ ਬੈਂਕ ਇਸ ਵੱਲੋਂ ਲਗਭਗ 2200 ਕਿਸਾਨਾਂ ਦੇ ਇਹੋ ਜਿਹੇ ਫਾਈਲਾਂ ਬਣਾ ਰੱਖੀਆਂ ਨੋਟਸ ਉਹ ਥੋੜ੍ਹੇ ਥੋੜ੍ਹੇ ਕਰਕੇ ਕਿਸਾਨਾਂ ਨੂੰ ਉਹ ਭੇਜ ਰਹੇ ਆ ਨਿਲਾਮ ਜ਼ਮੀਨ ਨਿਲਾਮ ਕਰਵਾਉਣ ਵਾਸਤੇ ਉਸ 'ਚ ਅਸੀਂ ਦੇਖਿਆ ਵੀ ਪਿੰਡ ਗੁਰੂਸਰ ਧੂੜਕੋਟ ਦੇ ਵਿੱਚ ਇਹਨਾਂ ਜਨਤਕ ਨੋਟਸ ਵੀ ਲਾਏ ਆ ਜਿਹੜੇ ਬੜੇ ਮੰਦਭਾਗੇ ਆ ਅਤੇ ਇਹਨਾਂ ਨੇ ਜਿਹੜੇ ਨਿਲਾਮੀ ਆ ਪਿੰਡ ਭਲਾਈਆਣਾ ਲੁਹਾਰਾ ਕੋਟਰੀ ਅਬਲੂ ਸੂਰੇ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਇਹ ਪਹਿਲਾਂ ਨੋਟਸ ਨਿਲਾਮੀਆਂ ਦੇ ਅਸੀਂ ਰੋਕੀਆਂ ਵੀ ਹੈ ਅੱਜ ਅਸੀਂ ਗਿੱਦੜਵਾ ਵਿੱਚ ਰੋਕ ਰਹੇ ਹਾਂ ਅਸੀਂ ਸਰਕਾਰ 'ਤੇ ਇਹ ਦੋਸ਼ ਲਾਉਣੇ ਹੈ ਉਹਨਾਂ ਨੇ ਕਿਹਾ ਸੀ ਕਰਜ਼ਾ ਕੁਰਸੀ ਖਤਮ ਅਤੇ ਫਸਲ ਦੀ ਪੂਰੀ ਰਕਮ ਅਤੇ ਜਦੋਂ ਅਸੀਂ ਉਲਟ ਦੇਖਦੇ ਹਾਂ ਅਤੇ ਅੱਜ ਇਹ ਗਰੀਬ ਕਿਸਾਨ ਜੋ ਜਲੌਰ ਸਿੰਘ ਪਿੰਡ ਗਿੱਦੜਵਾ ਦਾ ਇਹ ਸਾਰਾ 6-7 ਏਕੜ ਦਾ ਮਾਲਕ ਸੀ ਅਤੇ 25 ਸਾਲ ਪਹਿਲਾਂ ਇਹਨਾਂ ਨੇ 3.5 ਲੱਖ ਰੁਪਈਆ ਕਰਜ਼ਾ ਲਿਆ ਸੀ ਅਤੇ ਜਿਹਨੂੰ ਵਿਆਜ ਇਹਨਾਂ ਨੇ 5,09,899 ਰੁਪਈਏ ਬਣਾ ਕੇ ਕੁੱਲ ਰਕਮ 8,60,139 ਰੁਪਈਏ ਬਣਾਏ ਜਾ ਚੁੱਕੇ ਆ ਕੁਛ ਕਿਸ਼ਤਾਂ ਇਹਨਾਂ ਨੇ ਭਰੀਆਂ ਵੀ ਆ ਪਰ ਇੱਥੇ ਕਿਸਾਨ ਦਾ ਦੋਸ਼ ਨਹੀਂ ਕਿਉਂਕਿ ਇੱਥੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਸਾਨੂੰ ਜਨਸਾਂ ਦੇ ਵਾਜਬ ਭਾਅ ਨਾ ਦੇਣ ਕਰਕੇ ਜਿਹੜੇ ਜਨਸਾਂ ਦੇ ਭਾਅ ਸਾਨੂੰ ਅੱਜ 24 ਤੋਂ 28 ਗੁਣੇ ਮਿਲੇ ਅਤੇ ਜੇ ਮੁਲਾਜ਼ਮ ਵੇਖੀਏ ਉਹ 100 ਤੋਂ 300 ਗੁਣਾ ਵੱਧ ਗਏ ਉਹਨਾਂ ਦੇ ਜਿਹੜੇ ਸੂਚਕਾਂਕ ਨਾਲ ਤਨਖਾਹ ਅਤੇ ਜਿਹੜੇ ਮੰਤਰੀ ਆ ਉਹ 300 ਤੋਂ 1,000 ਗੁਣਾ ਵੱਧ ਗਏ ਹੁਣ ਜੇ ਸਾਨੂੰ 100 ਗੁਣਾ ਹੀ ਭਾਅ ਦਿੱਤੇ ਹੁੰਦੇ ਅਤੇ ਅੱਜ ਜਿਹੜਾ ਕਣਕ ਦਾ ਜਿਹੜਾ ਭਾਅ ਉਹ 7600 ਰੁਪਏ ਹੋਣਾ ਇੰਨੇ ਝੋਨੇ ਦਾ ਹੋਣਾ ਸੀਗਾ ਅਤੇ ਨਰਮੇ ਦਾ ਲਗਭਗ 9000 ਹੋਣਾ ਸੀਗਾ ਅਤੇ ਕਿਸਾਨ ਬਚਦਾ ਸੀਗਾ ਅਸੀਂ ਕਰਜ਼ੇ ਸਰਕਾਰ ਨੂੰ ਵੀ ਬੜੇ ਵਾਰੀ ਐਲਾਨ ਕੀਤਾ ਚੰਡੀਗੜ੍ਹ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਵੀ ਅਸੀਂ ਸਾਡੇ ਨਾਲ ਸਾਫ ਕਰ ਦਿਓ ਜਿੱਦਾਂ ਸਾਡੇ ਪੈਸੇ ਵੱਧਦੇ ਆ 1947 ਤੋਂ ਲਾ ਕੇ ਅੱਜ ਤੱਕ ਫਿਰ ਤਾਂ ਸਾਨੂੰ ਲੈ ਲਓ ਸਾਥੋਂ ਅਤੇ ਜੇ ਘੱਟਦੇ ਫਿਰ ਸਾਨੂੰ ਦਿਓ ਇਸ ਕਰਨ ਦੀਆਂ ਇੱਕ ਕਾਦੀਆਂ ਗਰੁੱਪ ਇੱਕ ਭਾਰਤੀ ਕਿਸਾਨ ਯੂਨੀ ਏਕਤਾ ਗ੍ਰਾਹਕ ਗਰੁੱਪ ਇੱਕ ਜਲੌਰ ਸਿੰਘ ਦੀ ਕੁਰਕੀ ਰੋਕਣ ਆਏ ਹੈ ਅਤੇ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰ ਨੇ ਜਦੋਂ ਸਰਕਾਰ ਬਣੀ ਹੈ ਕੈਪਟਨ ਦੀ ਵੀ ਅਸੀਂ ਕੁਰਕੀਆਂ ਲਲਾਮੀਆਂ ਬੰਦ ਕਰਾਂਗੇ ਅਤੇ ਕਿਸੇ ਵੀ ਕਿਸਾਨ ਦਾ ਜਿਹੜਾ ਇਹ ਅਸੀਂ ਕੁਰਕੀ ਲਲਾਮੀ ਬੰਦ ਕਰਕੇ ਅਤੇ ਨੋਟਸ ਨਹੀਂ ਲਾਵਾਂਗੇ ਪਰ ਉਸ ਤੋਂ ਬਾਅਦ ਹੋਇਆ ਕੀ ਹੈ ਜਿਹੜੀਆਂ ਇਹ ਬੈਂਕਾਂ ਜਿਹੜੀਆਂ ਲੈਂਡਮਾਰਕ ਬੈਂਕ ਹੈ ਜਾਂ ਇਹ ਸਟੈਡੀਆਂ ਹੈ ਇਹ ਉਦੋਂ ਤੋਂ ਲੈ ਕੇ ਬਹੁਤ ਸਾਰੇ ਕਿਸਾਨਾਂ ਦੇ ਬੈਂਕਾਂ 'ਚ ਨੋਟਸ ਚਮਕਾਏ ਹੈ
ਜਿਵੇਂ ਇਹ ਬਹੁਤ ਵੱਡੇ ਲਟੇਰੇ ਹੁੰਦੇ ਆ ਅਤੇ ਕਿਸਾਨਾਂ ਦੀਆਂ ਕੁਰਕੀਆਂ ਲਲਾਮੀਆਂ ਉਵੇਂ ਹੀ ਚੱਲਦੀਆਂ। ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੀਆਂ ਜਿਹੜੀਆਂ ਕੁਰਕੀਆਂ ਲਲਾਮੀਆਂ ਬੰਦ ਕੀਤੀਆਂ ਜਾਣ ਅਤੇ ਇਹ ਜਿਹੜਾ ਇਹ ਆੜਚ ਜਿਹੜਾ ਕਿਸਾਨਾਂ ਨੂੰ ਜਲੀਲ ਕੀਤਾ ਬੰਦ ਕਰਨਾ ਬੰਦ ਕਰੇ ਅਤੇ ਸਾਡਾ ਸਾਰੇ ਦਾ ਸਾਰਾ ਜਿਹੜਾ ਉਹਨੇ ਜ਼ਬਾਨ ਕੀਤੀ ਹੈ ਸਾਡੇ ਨਾਲ ਉਹ ਸਾਡਾ ਕਰਜ਼ਾ ਮਾਫ਼ ਕਰੇ। ਅਤੇ ਜਿਹੜੇ ਆ ਰਹੇ ਸੀ ਅਸੀਂ 1.5 ਸਾਲ 'ਚ ਨਸ਼ਾ ਬੰਦ ਕਰਾਂਗੇ, ਹੁਣ ਨੌਜਵਾਨ 2 ਨਿੱਤ ਮਰਦੇ ਆ 4 ਮਰਦੇ ਆ, ਵੀ ਇਹ ਵੀ ਸਾਡੀ ਇੱਕ ਮੁਹਿੰਮ ਅਸੀਂ ਛੇੜਾਂਗੇ ਇੱਕ ਕਰਜ਼ੇ 'ਤੇ ਅਤੇ ਇੱਕ ਇਸ ਜਿਹੜਾ ਨੌਜਵਾਨਾਂ ਨੂੰ ਮਾਰਨ ਵਾਲਾ ਸਰਕਾਰ ਨੇ ਤਹੀਏ ਕੀਤਾ ਵੇਚਦੀਆਂ ਸਰਕਾਰਾਂ